ਅੱਜ ਸਰਵਸੰਮਤੀ ਨਾਲ ਸਾਡੇ ਹਾਊਸ ਨੇ ਇਹ ਰੈਜੋਲਿਊਸ਼ਨ ਅਡੋਪਟ ਕੀਤਾ ਕਿ ਅਜਰਨਮੈਂਟ ਹੋਵੇ, ਔਰ ਇਹ ਹੋਇਆ ਇਸ ਕਾਰਨ ਕਿ ਕੱਲ੍ਹ ਪੁਲਵਾਮਾ ਦੇ ਵਿੱਚ, ਕਸ਼ਮੀਰ ਵੈਲੀ ਦੇ ਵਿੱਚ, ਉਹ ਜਿਹੜੇ ਸਾਡੇ CRP ਦੇ ਜਵਾਨਾਂ ਦੇ ਉੱਪਰ ਹਮਲਾ ਹੋਇਆ, 41 ਜਵਾਨ ਸ਼ਹੀਦ ਹੋ ਗਏ ਨੇ, ਕਿੰਨੇ ਜ਼ਖਮੀ ਨੇ ਉਹ ਖਬਰਾਂ ਨਹੀਂ ਆਈਆਂ ਹਾਲੇ, ਲੇਕਿਨ ਇਸ ਕਿਸਮ ਦੀ ਹਾਲਾਤ ਨੇ ਕਿ ਕੁਛ ਕਹਿ ਨਹੀਂ ਸਕਦੇ ਅਸੀਂ। ਅਤੇ ਅੱਜ ਯੂਨੈਨਿਮਸਲੀ ਹਾਊਸ ਨੇ ਇਸ ਅਪਰੂਵ ਕੀਤੀ ਹੈ। ਆਈ ਹੈਵ ਹਾਊਸ 'ਤੇ ਤੁਸੀਂ ਮੇਰਾ ਬਿਆਨ ਸੁਣ ਲਿਆ ਹੋਣਾ। ਆਈ ਸਕੁਆਇਰਲੀ ਬਲੇਮ ਦੀ ਪਾਕਿਸਤਾਨ ਗਵਰਨਮੈਂਟ ਔਨ ਦਿਸ ਇਸ਼ੂ, ਐਂਡ ਆਈ ਵਾਂਟ ਟੂ ਸੇ ਕਿ ਇੱਕ ਪਾਸੇ ਦ ਪ੍ਰਾਈਮ ਮਿਨਿਸਟਰ ਸੇ ਸਮਥਿੰਗ ਐਂਡ ਇਜ਼ ਆਰਮੀ ਚੀਫ ਇਜ਼ ਡੂਇੰਗ ਸਮਥਿੰਗ ਐਲਸ ਥਰੂ ਇਜ਼ ISI। ਦਿਸ ਇਜ਼ ਅਨਐਕਸੈਪਟੇਬਲ। ਗਵਰਨਮੈਂਟ ਆਫ ਇੰਡੀਆ ਮਸਟ ਗਿਵ ਅ ਬਿਫਿਟਿੰਗ ਰਿਸਪੋਂਸ ਟੂ ਦਿਸ, ਐਂਡ ਐਜ਼ ਫਾਰ ਐਜ਼ ਪੰਜਾਬ ਇਜ਼ ਕੰਸਰਨ, ਦਿਸ ਇਨਫਲੂਐਂਸ ਵਿਚ ਦਿਸ ISI ਇਜ਼ ਟ੍ਰਾਇੰਗ ਟੂ ਡੂ ਹੇਅਰ ਔਨ ਦ ਸੇਇੰਗ ਆਫ ਦ ਆਰਮੀ ਚੀਫ ਬਾਜਵਾ, ਵੀ ਵਿਲ ਡੀਲ ਵਿਦ ਦਮ ਹੇਅਰ ਗੁੱਡ ਐਂਡ ਪ੍ਰੋਪਰ ਇਫ ਦੇ ਐਵਰ ਅਟੈਂਪਟਡ ਅਗੇਨ। ਦਿਸ ਇਜ਼ ਨੋਟ ਦ ਪੰਜਾਬ ਆਫ ਦ 70s ਔਰ 80s। ਵੀ ਹੈਵ ਅ ਹਾਈਲੀ ਕਮਿਟਡ ਪੁਲਿਸ ਫੋਰਸ, ਅ ਹਾਈਲੀ ਟ੍ਰੇਨਡ ਪੁਲਿਸ ਫੋਰਸ ਵਿਚ ਹੈਜ਼ ਬੀਨ ਥਰੂ ਦ ਬੈਪਟਿਜ਼ਮ ਆਫ ਫਾਇਰ, ਐਂਡ ਵੀ ਵਿਲ ਡੀਲ ਵਿਦ ਦਮ ਵੈਨ ਦ ਟਾਈਮ ਕਮਸ। 1800 ਪੁਲਿਸ ਪਰਸਨੈਲ ਆਫਿਸਰਸ ਐਂਡ ਮੈਨ ਡਾਈਡ ਡਿਊਰਿੰਗ ਦੈਟ ਪੀਰੀਅਡ। ਟੋਟਲ ਪੰਜਾਬ ਦੇ ਵਿੱਚ 35,000 ਬੰਦਿਆਂ ਦਾ ਖੂਨ ਡੁੱਲਿਆ, ਐਂਡ ਇਹ ਅਸੀਂ ਪੰਜਾਬ ਦੇ ਵਿੱਚ ਇਹ ਹੋਣ ਨਹੀਂ ਦੇਣਾ, ਔਰ ਇਹ ਪਾਕਿਸਤਾਨ ਦੀ ਮਿਹਰਬਾਨੀ ਹਨ। ਬਾਜਵਾ ਸਮਝ ਲੈ ਇਸ ਗੱਲ ਨੂੰ, ਜਨਰਲ ਬਾਜਵਾ ਪਾਕਿਸਤਾਨੀ ਚੀਫ, ਯੂ ਸ਼ੁੱਡ ਅੰਡਰਸਟੈਂਡ ਦੈਟ ਦਿਸ ਇਜ਼ ਨੋਟ ਹਿਮ, ਹੀ ਮੇ ਬੀ ਆ ਪੰਜਾਬੀ ਵੀ ਆ ਪੰਜਾਬੀਜ਼ ਟੂ, ਐਂਡ ਵੀ ਨੋ ਹਾਊ ਟੂ ਡੀਲ ਵਿਦ ਦਿਸ ਬਿਜ਼ਨਸ।